ਇਧਰ ਮੇਰੇ ਸਾਰੇ ਬੱਚੇ, ਇਹ ਮੇਰੇ ਹੈਗੇ ਬਲੈਕ ਕਮਾਂਡੋ, ਅੱਜ ਬਣੇ ਹੋਏ ਆ, ਕੀ ਕਹਿੰਦੇ ਹੁੰਦੇ ਆ ਉਹਨੂੰ, ਬੌਂਸਰ, ਠੀਕ ਹੈ ਨਾ, ਇਹ ਹੈ ਬੌਂਸਰ, ਬਾਂਸੁਰੀਆਂ। ਹੈਪੀ ਬਰਥਡੇ ਟੂ ਯੂ ਟੂ ਮੀ। ਗਏ ਸੀ ਭਾਈ ਸਾਹਿਬ ਸੁਬਹ ਸੁਬਹ ਵੋਟ ਡਾਲ ਕੇ ਆ ਰਹੇ ਆ, ਇਹਨਾਂ ਨੇ ਪਤਾ ਨੀ ਕਿਨ ਕੋ ਡਾਲੀ ਹੈ ਵੋਟ। ਦੇ ਰਹੀ ਮੇਰੀ ਵੋਟਿੰਗ ਸਲਿਪ, ਇਸੇ ਮੈਂ ਡਾਲੀ। ਗਾਇਸ ਵੀ ਆਰ ਰੈਡੀ, ਮੰਮਾ ਵੀ ਰੈਡੀ ਹੋ ਚੁੱਕੇ ਆ, ਬਸ ਆਪਾਂ ਥੋੜੀ ਦੇਰ ਚ ਨਿਕਲਣ ਵਾਲੇ ਆ। ਮੇਰੀ ਅੱਜ ਨੀਂਦ, ਪੋਲਿੰਗ ਬੂਥ ਪਹੁੰਚ ਚੁੱਕੇ ਆ ਬਸ। ਮੰਮੀ ਕਹਿੰਦੇ ਮੈਂ ਵੋਟ ਪਾਣੀ ਨਹੀਂ, ਇਸ ਵਾਰ ਵੀ ਪਾਣੀ ਨਹੀਂ ਹੈ, ਅਗਲੀ ਵਾਰ ਉਸ ਤੋਂ ਅਗਲੀ ਵਾਰ ਦੇਣਾ ਚਾਹੀਦਾ। ਕਈ ਵਾਰੀ ਪਤਾ ਕੀ ਆ, ਕਈਆਂ ਦੀ ਸੋਚ ਇਹ ਹੁੰਦੀ ਹੈ ਕਿ ਪਤਾ ਨਹੀਂ ਕਿਸੇ ਨੇ ਕਿਹਾ ਆ ਜਾਂ ਕਿੱਦਾਂ ਪਾਉਂਦੇ ਆ ਜਾਂ ਪਤਾ ਨਹੀਂ ਹੈ ਨਾ ਵੀ ਕੋਈ ਅੰਧ ਵਿਸ਼ਵਾਸ ਇਹ ਜ਼ਿਆਦਾ ਕਰਦੇ ਆ, ਉਹ ਚੀਜ਼ ਜਿਹੜੀ ਨਹੀਂ ਹੈ। ਅਸੀਂ ਰੋਜ਼ ਰੋਟੀ ਖਾਂਦੇ ਆ, ਰੋਜ਼ ਚਾਹ ਵੀ ਪੀਂਦੇ ਆ, ਹੋਰ ਵੀ ਸਾਨੂੰ ਜੋ ਸਾਡੀ ਜ਼ਰੂਰਤ ਹੁੰਦੀ ਅਸੀਂ ਪਰਿਵਾਰ 'ਚ ਲੈ ਕੇ ਉਸ ਨੂੰ ਖਾਂਦੇ ਆ। ਤੇ ਉਹ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ, ਹੋਪ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਮੈਂ ਉੱਠੀ ਹਾਂ ਜਲਦੀ, ਵੈਸੇ ਮੇਰੀਆਂ ਹੋਲੀਡੇਜ਼ ਚੱਲ ਰਹੀਆਂ ਇਸ ਕਰਕੇ ਮੈਂ 10 ਵਜੇ ਉੱਠਦੀ ਹਾਂ ਅੱਜ, ਇਸ ਕਰਕੇ ਜਲਦੀ ਉੱਠੀ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ ਵੋਟ ਪਾਉਣ। ਮੈਂ ਤਾਂ ਨਹੀਂ ਪਾਉਣੀ, ਮੈਂ ਹਜੇ 2 ਸਾਲ ਰੁਕੂੰਗੀ, ਉਸ ਤੋਂ ਬਾਅਦ ਪਾਉਂਗੀ। ਅਤੇ ਫਿਲਹਾਲ ਮੈਂ ਪੀ ਰਹੀ ਹਾਂ ਬਨਾਨਾ ਸ਼ੇਕ, ਅਤੇ ਮੰਮਾ ਪਾਪਾ ਹੋ ਰਹੇ ਨੇ ਰੈਡੀ, ਅਬੀ ਭਾਅ ਜੀ ਵੀ ਰੈਡੀ ਹੋ ਰਹੇ ਆ, ਮੈਂ ਰੈਡੀ ਹਾਂ ਸਾਰਿਆਂ ਨਾਲੋਂ ਪਹਿਲਾਂ, ਸਾਰਿਆਂ ਨਾਲੋਂ ਲੇਟ ਉੱਠੀ ਰੈਡੀ ਹੂੰ ਮੈਂ ਹੀ ਪਹਿਲਾਂ। ਸੋ ਤੁਸੀਂ ਵਲੌਗ ਨਾਲ ਬਣੇ ਹੋਏ, ਐਕਚੁਅਲੀ ਮੈਂ ਪਹਿਲੀ ਵਾਰ ਜਾ ਰਹੀ ਹਾਂ ਦੇਖਣ ਵਾਸਤੇ ਕਿ ਵੋਟ ਕਿੱਦਾਂ ਪੈਂਦੇ ਆ, ਅਤੇ ਉਹ ਮੈਂ ਵੋਟ ਹੀ ਪਾਉਣ ਜਾ ਰਹੀ, ਅਤੇ ਦੇਖਦੇ ਹਾਂ ਕੀ ਬਣਦਾ, ਤੁਸੀਂ ਵਲੌਗ ਨਾਲ ਬਣੇ। ਗਾਇਜ਼ ਵੀ ਆਰ ਰੈਡੀ, ਮੰਮਾ ਵੀ ਰੈਡੀ ਹੋ ਚੁੱਕੇ ਆ, ਬਸ ਆਪਾਂ ਥੋੜ੍ਹੀ ਦੇਰ 'ਚ ਨਿਕਲਣ ਵਾਲੇ ਹਾਂ। ਮੇਰੀ ਅੱਜ ਨੀਂਦ ਨਹੀਂ ਪੂਰੀ ਹੋਈ, ਇਸ ਕਰਕੇ ਮੇਰੀਆਂ ਅੱਜ ਅੱਖਾਂ ਬਹੁਤ ਜ਼ਿਆਦਾ ਅਜੀਬ ਲੱਗ ਰਹੀਆਂ ਮੈਨੂੰ, ਫੇਸ ਹੀ ਪੂਰਾ ਅਜੀਬ ਲੱਗ ਰਿਹਾ। ਤੇਰੀ ਮੇਰੀ ਵੋਟਿੰਗ ਸਲਿਪ, ਇਸੇ ਮੈਂ ਡਾਲੂੰਗੀ। ਮੇਰੀ ਆ, ਤੇਰੀ ਕਿੱਥੋਂ ਆ ਗਈ ਹਜੇ 2 ਸਾਲ ਰੁਕ ਤੋਂ? ਅਭੀ ਕੋਈ ਬਾਤ ਨਹੀਂ, ਸਭ ਮੁਝੇ ਟੀਨ ਲੱਗੇਗਾ, ਫਿਰ ਉਸੇ ਅਗਲੇ ਸਾਲ ਮੁਝੇ ਟੀਨ ਕੰਪਲੀਟ ਹੋ ਜਾਏਗਾ, ਫਿਰ ਅਗਲੇ ਸਾਲ ਮੈਂ ਜਾਊਂਗੀ ਵੋਟ ਡਾਲ। ਪੋਲਿੰਗ ਬੂਥ ਪਹੁੰਚ ਚੁੱਕੇ ਆ ਬਸ, ਅਤੇ ਫਿਲਹਾਲ ਮੈਨੂੰ ਉਹਨਾਂ ਨੇ ਅੰਦਰ ਫੋਨ ਤਲੇ ਜਾਣ ਨਹੀਂ ਦੇਣਾ। ਵੋਟਿੰਗ ਕਰਕੇ ਆ ਗਏ, ਮਹਿਕ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਇਹਨੂੰ ਬਾਹਰ ਖੜੇ ਕਰ ਦਿੰਦਾ। ਉਸ ਤੋਂ ਅਗਲੀ ਵਾਰ ਪਾਉਂਗੀ, ਉਦੋਂ ਬਣ ਜਾਣੀ ਹੈ, ਉਦੋਂ ਗੁੱਸਾ ਉਤਰ ਜਾਊਗਾ। ਚਲੋ ਹਾਂ, ਕੀ ਯੇ ਹੈ ਹਮਾਰਾ ਘਰ, ਇਧਰ ਸੇ ਹਮ ਜਾ ਚੁੱਕੇ ਹੈ। ਛੋਲੇ ਭਟੂਰੇ ਖਾਣੇ, ਪਾਪਾ ਨੇ ਡਾਇਰੈਕਟ ਉੱਥੇ ਲਏ ਜਿੱਥੇ ਬਣਦੇ ਆ ਛੋਲੇ ਭਟੂਰੇ, ਆਹ ਦੇਖੋ ਇੱਥੇ ਅਜੇ ਬਣ ਰਹੇ ਤਾਜੇ ਤਾਜੇ। ਅਭੀ ਭਾਅ ਜੀ ਲੈਣ ਗਏ ਹੋਏ ਨੇ ਭਾਵੀ ਕੌਰ ਜੀਆ ਨੂੰ, ਕਿਉਂਕਿ ਅੱਜ ਮਾਸੀ ਜੀ ਬਿਜ਼ੀ ਸੀਗੇ, ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਇਲੈਕਸ਼ਨਸ ਕਰਕੇ, ਸੋ ਇਸ ਕਰਕੇ ਭਾਵੀਕਾ ਜੀ ਸਾਡੇ ਬਤਾ ਦਿੱਤੀ। ਉਹ ਸਵੇਰੇ ਮੈਂ ਫੋਨ ਕੀਤਾ, ਮੈਂ ਕਿਹਾ ਛੱਡ ਕੇ ਜਾਣਾ ਸੀ ਅਤੇ ਛੱਡ ਕੇ ਨਹੀਂ ਗਈ, ਤਾਂ ਉਹ ਕਹਿੰਦੇ ਮੈਂ ਲੇਟ ਹੋ ਗਈ, ਅਤੇ ਹੁਣ ਅਭੀ ਗਿਆ ਹੋਇਆ ਲੈਣ ਵਾਸਤੇ, ਅਤੇ ਮੈਂ ਅੱਜ ਘਰ ਬਣਾ ਲਏ ਮੈਂ ਚਣੇ ਜਿਹੜੇ ਤਰੀ ਵਾਲੇ, ਅਤੇ ਹੁਣ ਇਹਨਾਂ ਨੇ ਭਟੂਰੇ ਪਤਾ ਨਹੀਂ ਕਾਹਦੇ ਨਾਲ ਖਾਣੇ ਆ, ਲੈ ਲਏ ਆ, ਮੈਨੂੰ ਕੁਛ ਨਹੀਂ ਪਤਾ ਹੈਗਾ। ਲੋਕੀ ਮੇਰਾ ਮੂੰਹ ਦੇਖ ਰਹੇ ਆ,
ਲੋਕੀ ਮੇਰਾ ਮੂੰਹ ਦੇਖ ਰਹੇ ਮੈਂ ਲੋਕਾਂ ਦਾ ਮੂੰਹ ਦੇਖ ਰਹੀ ਹਾਂ ਚੇ ਵੀ ਹੁੰਦੇ ਕੁਲਚੇ ਨਾਨ ਨਾਨ ਗਏ ਸੀ ਭਾਈ ਸਾਹਿਬ ਸੁਬਹੇ ਸੁਬਹੇ ਵੋਟ ਡਾਲ ਕੇ ਆ ਰਹੇ ਹੈ ਇਹਨਾਂ ਨੇ ਪਤਾ ਨਹੀਂ ਕਿਨ ਕੋ ਡਾਲੀ ਹੈ ਵੋਟ ਅਭੀ ਐਸੇ ਤੁਰ ਰਹੇ ਹੈ ਜੈਸੇ ਇਹਨਾਂ ਨੇ ਭੀਮ ਖਾਧੀ ਹੋਤੀ ਹੈ ਆਂਖੇ ਦੇਖੋ ਕੈਸੇ ਚੜੀ ਪਈ ਹੈ ਇੱਧਰ ਮੰਮਾ ਪਰੋਸ ਰਹੇ ਹੈ ਛੋਲੇ ਭਟੂਰੇ ਸੋ ਨਾਈਸ ਇਟ ਸਮੈਲਸ ਸੋ ਗੁੱਡ ਯੂ ਨੋ ਆਪਾਂ ਨਾ ਸਵੇਰੇ ਸਵੇਰੇ ਕਾਫੀ ਹੈਵੀ ਨਾਸ਼ਤਾ ਕਰ ਲਿਆ ਸੀਗਾ ਤੇ ਹੁਣ ਆਪਾਂ ਖਾਣ ਲੱਗੇ ਆ ਵਾਟਰ ਮਿਲਨ ਹੈਪੀ ਬਰਥਡੇ ਟੂ ਯੂ ਟੂ ਮੀ ਟੂ ਯੂ ਟੂ ਯੂ ਗਾਈਜ਼ ਜੇ ਜੋ ਤੁਸੀਂ ਵਾਟਰ ਮੈਲਨ ਲੈਣ ਜਾਂਦੇ ਹੋ ਤਾਂ ਬਿਲਕੁਲ ਇਹਨੂੰ ਦੇਖ ਪਰਖ ਕੇ ਲੈ ਕੇ ਆਇਓ ਕਿਉਂਕਿ ਅੱਜ ਕੱਲ੍ਹ ਇਹ ਆਰਟੀਫਿਸ਼ਲ ਵੀ ਬਹੁਤ ਆ ਰਿਹਾ ਕਲਰ ਕੀਤਾ ਹੁੰਦਾ ਇਹਨਾਂ 'ਤੇ ਗਾਈਜ਼ ਇਹ ਹਮ ਲਗਾਉਣੇ ਜਾ ਰਹੇ ਹੈ ਭੰਡਾਰਾ ਅਗਰ ਕੋਈ ਇੱਛੁਕ ਹੈ ਤਾਂ ਉਹ ਆ ਸਕਦਾ ਹੈ ਵਾਟਰ ਮੈਲਨ ਔਰ ਯੇ ਕਿਆ ਹੈ ਵਾਟਰ ਮੈਲਨ ਔਰ ਖਰਬੂਜਾ ਦੂਜੇ ਸ਼ਬਦਾਂ ਚ ਇਹ ਕਹਿ ਲੋ ਕਿ ਇੱਕ ਚ ਪਾਣੀ ਹੁੰਦਾ ਆ ਤੇ ਇੱਕ ਚ ਪਾਣੀ ਨਹੀਂ ਨਹੀਂ ਜੂਸੀ ਦੋਨੇ ਬਹੁਤ ਹੁੰਦੇ ਆ ਜੂਸੀ ਹੁੰਦੇ ਆ ਪਰ ਦੁਪਹਿਰ ਨੂੰ ਵੀ ਜਿਹੜੇ ਚਿੜੀਆਂ ਨੂੰ ਪਾਣੀ ਜਿਹੜਾ ਉੱਤੇ ਪਾਇਆ ਹੁੰਦਾ ਹੈ ਰੱਖਿਆ ਹੁੰਦਾ ਉਹ ਚੇਂਜ ਕਰਨ ਆਏ ਆ ਹੁਣ ਤਿੰਨ ਚਾਰ ਵਾਰੀ ਇਹਨੂੰ ਭਰ ਕੇ ਜਾਂਦੇ ਆ ਤਕਰੀਬਨ ਇਹ ਖਾਲੀ ਹੋ ਚੁੱਕਾ ਹੁੰਦਾ ਹੈ ਹੁਣ ਫੇਰ ਭਰ ਕੇ ਗਏ ਆ ਦੋ ਤਿੰਨ ਘੰਟੇ ਬਾਅਦ ਫੇਰ ਦੁਬਾਰਾ ਆਣਗੇ ਭਰਿਆ ਸੀਗਾ ਨਾ ਮੈਂ ਕਿਹਾ ਪਾਣੀ ਹੁਣ ਫੇਰ ਖਾਲੀ ਸੀ ਟੋਟਲ ਬਈ ਗੱਲ ਇਹ ਆ ਵੀ ਜਿੱਦਾਂ ਆਪਾਂ ਦਿਨ ਦੇ ਵਿੱਚ 20 ਤੋਂ 25 ਗਲਾਸ ਇੰਨੀ ਗਰਮੀ ਦੇ ਵਿੱਚ 47-48 ਡਿਗਰੀ ਟੈਂਪਰੇਚਰ 'ਚ ਪਾਣੀ ਪੀਂਦੇ ਹਾਂ ਵਾਰ ਵਾਰ ਸਾਡਾ ਮੂੰਹ ਸੁੱਕਦਾ ਸਾਡੇ ਸਰੀਰ ਦੀ ਜ਼ਰੂਰਤ ਇੱਦਾਂ ਹੀ ਜਿਹੜੇ ਪੰਛੀ ਆ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਘੁੰਮਦੇ ਕੁਦਰਤ ਦਾ ਜਿਹੜਾ ਇਹ ਬ੍ਰਹਿਮੰਡ ਦੇ ਵਿੱਚ ਮੂਵ ਕਰਦੇ ਆ ਆਪਣਾ ਭੋਜਨ ਲੱਭਦੇ ਆ ਥੱਲੇ ਆ ਕੇ ਕਿੰਨਾ ਇਹਨਾਂ ਨੂੰ ਵਰਕ ਕਰਨਾ ਪੈਂਦਾ ਫਿਰ ਸਹੀ ਗੱਲ ਪਾਣੀ ਦੀ ਲੋੜ ਪੈਂਦੀ ਹੈ ਸਹੀ ਗੱਲ ਪੈਂਦੀ ਤਾਂ ਇਸ ਕਰਕੇ ਇਹਨਾਂ ਦੀ ਵੀ ਜ਼ਰੂਰਤ ਦਾ ਸਾਨੂੰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਖਿਆਲ ਰੱਖਦਾ ਮੈਂ ਤਾਂ ਇਹ ਚਾਹੁੰਦਾ ਕਿ ਇਹ ਚੀਜ਼ ਘਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਇਹਨਾਂ ਪੰਛੀਆਂ ਦੇ ਲਈ ਸਾਨੂੰ ਕੋਈ ਨਾ ਕੋਈ ਉਪਰਾਲਾ ਜਿਹੜਾ ਕਰਦੇ ਰਹਿਣਾ ਚਾਹੀਦਾ ਕਈ ਵਾਰੀ ਪਤਾ ਕੀ ਹੈ ਕਈਆਂ ਦੀ ਸੋਚ ਇਹ ਹੁੰਦੀ ਹੈ ਕਿ ਪਤਾ ਨਹੀਂ ਕਿਸੇ ਨੇ ਕਿਹਾ ਆ ਜਾਂ ਕਿੱਦਾਂ ਪਾਉਂਦੇ ਆ ਜਾਂ ਪਤਾ ਨਹੀਂ ਹੈ ਨਾ ਵੀ ਕੋਈ ਅੰਧ ਵਿਸ਼ਵਾਸ ਇਹ ਜ਼ਿਆਦਾ ਕਰਦੇ ਆ ਉਹ ਚੀਜ਼ ਜਿਹੜੀ ਨਹੀਂ ਅਸੀਂ ਰੋਜ਼ ਰੋਟੀ ਖਾਂਦੇ ਹਾਂ ਰੋਜ਼ ਚਾਹ ਵੀ ਪੀਂਦੇ ਹਾਂ ਹੋਰ ਵੀ ਸਾਨੂੰ ਜੋ ਸਾਡੀ ਜ਼ਰੂਰਤ ਹੁੰਦੀ ਅਸੀਂ ਪਰਿਵਾਰ 'ਚ ਲੈ ਕੇ ਉਸ ਨੂੰ ਖਾਂਦੇ ਹਾਂ ਅਤੇ ਉਹ ਸਾਨੂੰ ਕਿਸੇ ਨੇ ਕਿਹਾ ਥੋੜ੍ਹਾ ਹੁੰਦਾ ਕਿਸੇ ਫੱਕਰ ਫਕੀਰ ਨੇ ਇਹ ਪੰਛੀ ਹੈ ਇਨਸਾਨ ਜਿਹੜਾ ਹੈ ਨਾ ਇਨਸਾਨ ਨੂੰ ਇਨਸਾਨੀਅਤ ਸਮਝਣੀ ਚਾਹੀਦੀ ਹੈ ਕਿ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਪਰਮਾਤਮਾ ਨੇ ਸਾਨੂੰ ਭੇਜਿਆ ਕੋਈ ਚੰਗੇ ਕਰਮ ਕਰਨ ਦੇ ਵਾਸਤੇ ਅਤੇ ਇਹ ਜਿਹੜੇ ਪੰਛੀ ਹੈ ਇਹਨਾਂ ਨੇ ਸਾਨੂੰ ਆਵਾਜ਼ ਮਾਰ ਕੇ ਇਹ ਥੋੜ੍ਹਾ ਕਹਿਣਾ ਵੀ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਅਤੇ ਮੈਨੂੰ ਭੁੱਖ ਲੱਗੀ ਹੈ ਇਹਨਾਂ ਨੂੰ ਅਸੀਂ ਦੇਖਣਾ ਪਰਮਾਤਮਾ ਨੇ ਸਾਨੂੰ ਵੀ ਬੁੱਧੀ ਦਿੱਤੀ ਹੈ ਅਤੇ ਬੁੱਧੀ ਉਹਨਾਂ ਨੂੰ ਵੀ ਦਿੱਤੀ ਹੈ ਪਰ ਉਹਨਾਂ ਦੇ ਵਿੱਚ ਅਤੇ ਸਾਡੇ ਵਿੱਚ ਥੋੜ੍ਹਾ ਫਰਕ ਰੱਖਿਆ ਇਸ ਕਰਕੇ ਸਾਨੂੰ ਜ਼ਰੂਰ ਸੰਸਾਰ ਦੇ ਜਿੰਨੇ ਵੀ ਅਸੀਂ ਲੋਕ ਹਾਂ ਸਾਨੂੰ ਆਪਣੇ ਪੰਛੀਆਂ ਦੀ ਜਾਨਵਰਾਂ ਦੀ ਉਵੇਂ ਹੀ ਖਿਆਲ ਕਰਨਾ ਚਾਹੀਦਾ ਜਿਵੇਂ ਅਸੀਂ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦਾ ਕਰੀਦਾ ਹਾਂ ਆਪਣੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਸਾਨੂੰ ਪਾਲਿਆ ਹੁਣ ਅੱਗੇ ਅਸੀਂ ਆਪਣੇ ਬੱਚੇ ਪਾਲਣੇ ਹਾਂ ਇੱਦਾਂ ਹੀ ਇਹ ਪੰਛੀ ਹੈ
ਇਹ ਵੀ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਕਿਤੋਂ ਜਾ ਕੇ ਕਦੀ ਕਿਤੋਂ ਜਾ ਕੇ ਭੋਜਨ ਲੱਭ ਕੇ ਲਿਆਉਂਦੇ ਆ, ਆਪਣੇ ਬੱਚਿਆਂ ਦੇ ਮੂੰਹ 'ਚ ਚੋਗਾ ਪਾਉਂਦੇ ਆ, ਪਾਣੀ ਪੀਂਦੇ ਆ। ਫਿਰ ਜਦੋਂ ਇਹਨਾਂ ਦੇ ਅੰਦਰ ਅੰਨ ਹੋਏਗਾ, ਇਹਨਾਂ ਨੂੰ ਪਾਣੀ ਦੀ ਪਿਆਸ ਲੱਗੇਗੀ, ਇਹਨਾਂ ਦੇ ਅੰਦਰ ਪਾਣੀ ਹੋਏਗਾ, ਅਤੇ ਤਾਂ ਹੀ ਜਾ ਕੇ ਇਹ ਵੀ ਮਿਹਨਤ ਕਰਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਜਾਣਾ ਪਾਉਣਗੇ, ਚੋਗਾ ਪਾਉਣ ਵਾਲੇ ਹੋਣਗੇ। ਬਿਲਕੁਲ ਬਿਲਕੁਲ ਸਹੀ। ਵੀ ਅਸੀਂ ਕਿਤੇ ਬਾਹਰ ਜਾਂਦੇ ਹਾਂ ਤਾਂ ਅਸੀਂ ਆਪਣੀ ਪਾਣੀ ਦੀ ਬੋਤਲ ਆ ਜਿਹੜੀ ਉਹ ਆਪਣੇ ਨਾਲ ਲੈ ਕੇ ਜਾਈਦਾ, ਤਾਂ ਇਹ ਤਾਂ ਵਿਚਾਰੇ ਕਿਤੇ ਪਾਣੀ ਆਪਣਾ ਨਾਲ ਲੈ ਕੇ ਵੀ ਨਹੀਂ ਜਾ ਸਕਦੇ, ਨਾ ਬੋਤਲ ਚੱਕ ਸਕਦੇ ਆ, ਤਾਂ ਇਹਨਾਂ ਨੂੰ ਤਾਂ ਇੱਦਾਂ ਹਰ ਘਰ ਦੇ ਉੱਤੇ ਹਰ ਕੋ ਛੱਤ ਦੇ ਉੱਤੇ ਅਗਰ ਅਸੀਂ ਪਾਣੀ ਰੱਖਾਂਗੇ ਤਾਂ ਇਹਨਾਂ ਲਈ ਵੀ ਈਜ਼ੀ ਰਹਿ ਲੂਗਾ, ਨਹੀਂ ਤਾਂ ਇੰਨੀ ਗਰਮੀ ਦੇ ਵਿੱਚ ਕਈ ਪੰਛੀ ਜਿਹੜੇ ਆ ਧੁੱਪ ਦੇ ਨਾਲ ਗਰਮੀ ਦੇ ਨਾਲ ਬੇਹੋਸ਼ ਹੋ ਕੇ ਡਿੱਗਦੇ ਵੀ ਦੇਖੇ ਆ। ਤੋ ਇਹ ਕਰਮ ਆ ਜਿਹੜਾ ਉਹ ਸਾਰਿਆਂ ਨੂੰ ਕਰਨਾ ਚਾਹੀਦਾ ਆ, ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਕਰਦੇ ਹਾਂ, ਜਿੰਨੀ ਕੁ ਮਹਾਰਾਜ ਨੇ ਡਿਊਟੀ ਲਗਾਈ ਹੋਈ ਆ ਜਿੰਨਾ ਕੁ ਕਰ ਸਕਦੇ ਹਾਂ ਉਨੇ ਆਪਣੇ ਵੱਲੋਂ ਕੋਸ਼ਿਸ਼ ਕਰੀ ਦੀ ਆ। ਸੋ ਗਾਇਜ਼, ਅਭੀ ਵੱਜ ਰਹੇ ਆ 3:30 ਅਤੇ ਭਾਰਤ ਭਾਈ ਲੈ ਕੇ ਆਏ ਆ ਪਕੌੜੇ ਵਾਲੋਂ। ਕਿੰਨੇ ਦਿਨਾਂ ਤੋਂ ਮੈਨੂੰ ਕਰੇਵਿੰਗ ਹੋ ਰਹੀ ਸੀ, ਆਹ ਦੇਖੋ ਆ ਰਹੇ ਸਪਰਿੰਗ ਰੋਲ, ਆਪ ਵੀ ਦੇਖ ਲਓ, ਔਰ ਇਹ ਰਹੇ ਮੇਥੀ ਵਾਲੇ ਪਕੌੜੇ, ਔਰ ਇਹ ਰਹੇ ਪਨੀਰ ਦੇ ਪਕੌੜੇ, ਔਰ ਇਹ ਰਹੇ ਸਮੋਸੇ ਪਕੌੜੇ, ਸਬਜ਼ੀ ਮਿਕਸ ਵਗੈਰਾ ਹੈ, ਠੀਕ ਹੈ। ਮੰਮਾ ਨੇ ਖਾਣੇ ਹੁੰਦੇ ਆ ਇੱਦਾਂ ਬ੍ਰੈਡ ਵਿੱਚ ਪਾ ਕੇ? ਨਹੀਂ, ਮੈਂ ਨਹੀਂ ਖਾਣੇ, ਪਾਪਾ ਖਾਣਗੇ। ਓਕੇ, ਅੱਗੇ ਹਮ ਇੱਕ ਟੂਟ ਪੜੇਂਗੇ। ਇੱਧਰ ਮੇਰੇ ਸਾਰੇ ਬੱਚੇ, ਇਹ ਮੇਰੇ ਹੈਗੇ ਬਲੈਕ ਕਮਾਂਡੋ, ਅੱਜ ਬਣੇ ਹੋਏ ਆ, ਕੀ ਕਹਿੰਦੇ ਹੁੰਦੇ ਆ ਉਹਨੂੰ, ਬੌਂਸਰ, ਠੀਕ ਹੈ ਨਾ। ਇਹ ਹੈ ਬੌਂਸਰ, ਬਾਂਸੁਰੀ, ਬਾਂਸੁਰੀਆਂ। ਅਬ ਇਹ ਸ਼ੱਕ ਰਹੇ ਹੈ, ਪਕੌੜੇ ਸ਼ਕੌੜੇ ਸਮੋਸੇ ਪਤਾ ਨਹੀਂ ਕਿਆ ਕਿਆ। ਅੱਜ ਸਵੇਰ ਤੋਂ ਹੀ ਮੈਨੂੰ ਰੋਟੀ ਬਣਾਉਣ ਦੀ ਲੋੜ ਨਹੀਂ ਪਈ, ਸਵੇਰੇ ਇਹਨਾਂ ਨੇ ਸਵੇਰੇ ਵੀ ਬਾਹਰਲਾ ਖਾਧਾ, ਹੁਣ ਵੀ ਇਹ ਬਾਹਰਲਾ ਖਾ ਰਹੇ ਆ। ਮੈਂ ਕਿਉਂ ਆਪਣੇ ਬਾਲ ਪਕੜਾਉਂ? ਆਪ ਆਪਣੇ ਬਾਲ ਪਕੜਾਤੇ ਹੋ ਕਦੀ? ਅੱਲ ਫੜਨਾ ਮੇਰੇ ਬਾਲ ਫੜ ਚੱਲ ਚੱਲ ਹੁਣ ਆਪਣੇ ਨਹੀਂ ਚਲੋ ਠੀਕ ਹੈ ਅੰਮੀ ਆ ਮੈਡ ਪੀਪਲ ਹੇ ਹੇ ਫਿਰ ਕਿਹੜਾ ਭੂਤ ਆਇਆ ਹੀ ਇਜ਼ ਨਾਟ ਗਿਵਿੰਗ ਮਾਈ ਰਬਰ ਬੈਂਡ ਯੂ ਨੋ ਅੱਛਾ And you were not saying... Hey! Mommy, I'm going to rubber band. I'm going to put your rubber band. I'm going to put your rubber band. I'm going to exercise. 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 Why are you laughing? I'm going to laugh.